ਸਸ਼੍ਰੀ ਗੁਰੂ ਦੋਸਤੋ ਪੰਜਾਬੀ ਇੰਡਸਟਰੀ ਦੀ ਨਵੀਂ ਜਾਣਕਾਰੀ ਲੈ ਕੇ ਹਾਜ਼ਰਾਂ ਜੋ ਕਿ ਜੁੜੀ ਹੈ ਬਿੰਨੂ ਢਿੱਲੋਂ ਦੇ ਨਾਲ ਬਿੰਨੂ ਢਿੱਲੋਂ ਆਪਣੀ ਕੈਂਟ ਕਾਮਿਕ ਟਾਈਮਿੰਗ ਤੇ ਵਧੀਆ ਐਕਟਿੰਗ ਦੇ ਨਾਲ ਸਭ ਦਾ ਦਿਲ ਜਿੱਤ ਲੈਂਦੇ ਹਨ ਤੇ ਹੁਣ ਸਭ ਮੁੜ ਕੇ ਹੋ ਜਾਓ ਤੇ ਯਾਰ ਇੱਕ ਰੋਲਰ ਕੋਸਟਰ ਰਾਈਡ ਤੇ ਜਾਣ ਲਈ ਕਿਉਂਕਿ ਬਿੰਨੂ ਢਿੱਲੋਂ ਇਸ ਵਾਰ ਆਪਣੇ ਫੈਸਟ ਰੋ ਬਹੁਤ ਜ਼ਿਆਦਾ ਹਸਾਣ ਆ ਰਹੇ ਨੇ ਜੀ ਹਾਂ ਬਿੰਨੂ ਢਿੱਲੋਂ ਦੀ ਨਵੀਂ ਫਿਲਮ ਦਾ ਐਲਾਨ ਹੋ ਗਿਆ ਬਿੰਨੂ ਦੀ ਫਿਲਮ ਦਾ ਨਾਮ ਹੈ ਮਾਨ ਵਰਸਸ ਖਾਨ ਹਾਲ ਹੀ ਦੇ ਵਿੱਚ ਬਿੰਨੂ ਢਿੱਲੋਂ ਨੇ ਫਿਲਮ ਦੇ ਸੈੱਟ ਤੋਂ ਕੁਝ ਪਿਕਚਰ ਸ਼ੇਅਰ ਕੀਤੀਆਂ ਤੇ ਨਾਲ ਲਿਖਿਆ ਇੱਕ ਚੜਦੇ ਤੋਂ ਇੱਕ ਲੈਂਦੇ ਤੋਂ ਦੇਖੋ ਕਿਹੜਾ ਭੱਜਦਾ ਹੈ ਪੰਗਾ ਪੈਂਦੇ ਤੂੰ ਵੀ ਆਰ ਐਕਸਾਈਟਿਡ ਟੂ ਅਨਾਉਂਸ ਦ ਮੂਰਤ ਆਫ ਅਪਕਮਿੰਗ ਪੰਜਾਬੀ ਫਿਲਮ ਮਾਨ ਵਰਸਸ ਖਾਨ ਅ ਫੈਮਿਲੀ ਕਾਮੇਡੀ ਡਰਾਮਾ ਆਫ ਟਸਲ ਬੀਟਵੀਨ ਮਾਨ ਫੈਮਿਲੀ ਫ্রম ਚਰਦਾ ਪੰਜਾਬ ਇੰਡੀਆ ਐਂਡ ਖਾਨ ਫੈਮਿਲੀ ਫ্রম ਲੈਂਦਾ ਪੰਜਾਬ ਪਾਕਿਸਤਾਨ ਟੂ ਬੀ ਸ਼ਾਰਟ ਪ੍ਰਾਈਮਰੀਲੀ ਇਨ ਲੰਡਨ ਮਾਨ ਵਰਸਸ ਖਾਨ ਇਜ਼ ਅ ਰੋਲਰ ਕੋਸਟਰ ਸੀਰੀਜ਼ ਆਫ ਹਿਲੇਰੀਅਸ ਐਂਡ ਇਮੋਸ਼ਨਲ ਇਵੈਂਟਸ ਦ ਸ਼ੂਟਿੰਗ ਕਮੈਂਸ ਟੂਡੇ ਇਨ ਪੰਜਾਬ ਵੈਲ ਇਸ ਤੋਂ ਸਾਫ ਜ਼ਾਹਿਰ ਹੈ ਕਿ ਮੂਰਤ ਦੇ ਬਿੰਨੀ ਚਲੋ ਇਸ ਫਿਲਮ ਦੇ ਲਈ ਬਿਹਜਾਤ ਐਕਸਾਈਟਿਡ ਵੀ ਨਹੀਂ ਕਿਉਂਕਿ ਇਸ ਫਿਲਮ ਦੇ ਵਿੱਚ ਸਾਡੇ ਪੂਰੇ ਪੰਜਾਬ ਦੀ ਗੱਲ ਹੋ ਰਹੀ ਹੈ ਪੂਰੇ ਪੰਜਾਬ ਯਾਨੀ ਕਿ ਚਰਦਾ ਪੰਜਾਬ ਤੇ ਲਹਿੰਦੇ ਪੰਜਾਬ ਦੇ ਆਰਟਿਸਟ ਦੋਨੋਂ ਹੀ ਇਸ ਫਿਲਮ ਦੇ ਵਿੱਚ ਨਜ਼ਰ ਆਉਣਗੇ ਔਰ ਪ੍ਰੀਵੀਅਸ ਅਸੀਂ ਕਾਫੀ ਫਿਲਮਾਂ ਦੇ ਵਿੱਚ ਇਦਾਂ ਦੇਖਿਆ ਵੀ ਹੈ ਔਰ ਹਮੇਸ਼ਾ ਸਾਡੀ ਇੰਡੀਅਨਸ ਨੇ ਔਰ ਪਾਕਿਸਤਾਨੀ ਪੰਜਾਬੀ ਜਨਤਾ ਨੇ ਇਸ ਚੀਜ਼ ਨੂੰ ਸਰਾਇਆ ਵੀ ਹੈਗਾ ਕਿ ਆਰਟਿਸਟ ਜਦੋਂ ਰਲ ਕੇ ਕੰਮ ਕਰਦੇ ਨੇ ਤੇ ਉਹ ਫਲੇਵਰ ਬਹੁਤ ਜ਼ਿਆਦਾ ਵਧੀਆ ਫਿਲਮਾਂ ਦੇ ਵਿੱਚ ਨਜ਼ਰ ਆਉਂਦਾ ਔਰ ਇਸ ਫਿਲਮ ਦੇ ਵਿੱਚ ਪ੍ਰੋਪਰ ਕਾਮੇਡੀ ਪ੍ਰੋਪਰ ਇਮੋਸ਼ਨਸ ਔਰ ਹਾਸਾ ਠਿੱਠਾ ਬਹੁਤ ਜ਼ ਹੋਣ ਵਾਲੇ ਤੁਹਾਨੂੰ ਦੱਸ ਦਈਏ ਕਿ ਇਸ ਫਿਲਮ ਵਿੱਚ ਬਿੰਨੂ ਚਿੱਲੋਂ ਦੇ ਨਾਲ-ਨਾਲ ਜਪਜੀ ਖੈਰਾ, ਕਰਮਜੀਤਨ ਮੋਹਲ, ਨਿਰਮਲ ਰਿਸ਼ੀ मैम, ਨੀਸ਼ਾ ਬੰਨੋ ਨਜ਼ਰੋਂਗੇ ਜੋ ਕਿ ਚੜ੍ਹਦੇ ਪੰਜਾਬ ਦੇ ਆਰਟਿਸਟ ਹਨ ਤੇ ਹੁਣ ਮਾਨ ਫੈਮਲੀ ਹੈ ਇਸ ਫਿਲਮ ਵਿੱਚ ਖਾਨ ਫੈਮਲੀ ਯਾਨੀ ਕਿ ਲਹਿੰਦੇ ਪੰਜਾਬ ਦੇ ਆਰਟਿਸਟ ਹਨ ਨਾਸਿਰ ਚਿਓਟੀ, ਰੂਬੀਆ ਨੰਮ ਤੇ ਹਾਨੀ ਅਲਬੀਲਾ ਇਸ ਫਿਲਮ ਦੀ ਸਟਾਰ ਕਾਸਟ ਦੇਖ ਕੇ ਹੀ ਅਸੀਂ ਕਹਿ ਸਕਦੇ ਹਾਂ ਕਿ ਫਿਲਮ ਦੇ ਵਿੱਚ ਲਫਟਰ ਦੀ ਕੋਈ ਵੀ ਕਮੀ ਨਹੀਂ ਹੋਵੇਗੀ ਕਿਉਂਕਿ ਨਾਸਿਰ ਚਿਓਟੀ ਤੇ ਬਿੰਨੂ ਚਿੱਲੋਂ ਦੋਵੇਂ ਐਸੇ ਆਰਟਿਸਟ ਹਨ ਜਿਨ੍ਹਾਂ ਦੀਆਂ ਗੱਲਾਂ ਦੇ ਅੰਦਾਜ਼ ਤੇ ਡਾਇਲੌਗ ਡਰਿਵਲੀ ਦਾ ਸਟਾਈਲ ਹੀ ਸਭ ਦੇ ਚਿਹਰਿਆਂ ਤੇ ਮੁਸਕਰਾਹਟ ਲੈ ਕੇ ਆਉਂਦਾ ਹੈ ਵੈਲ ਇਹ ਗੱਲ ਤੇ ਪੱਕੀ ਹੈ ਕਿ ਇਸ ਫਿਲਮ ਰਾਹੀਂ ਸਭ ਦੇ ਚਿਹਰਿਆਂ ਤੇ ਰੌਣਕ ਜ਼ਰੂਰ ਆਉਣੀ ਹੈ ਜਦ ਵੀ ਪੰਜਾਬੀ ਕਾਮੇਡੀ ਫਿਲਮਜ਼ ਦਾ ਜ਼ਿਕਰ ਆਉਂਦਾ ਹੈ ਤੇ ਇੱਕ ਨਾਮ ਫਿਲਮਜ਼ ਦੇ ਨਾਲ ਜ਼ਰੂਰ ਜੁੜਦਾ ਹੈ ਉਹ ਹੈ ਸਮੀਪ ਕੰਗ ਦਾ ਜੀ ਹਾਂ ਸਮੀਪ ਕੰਗ ਇਜ਼ ਦਾ ਪਰਫੈਕਟ ਡਾਇਰੈਕਟਰ ਫॉर ਪੰਜਾਬੀ ਕਾਮੇਡੀ ਫਿਲਮਜ਼ ਸੋਮਾਨ ਵਰਸਸ ਖਾਨ ਨੂੰ ਡਾਇਰੈਕਟ ਕਰ ਰਹੇ ਹਨ ਸਮੀਪ ਕੰਗ ਤੇ ਇਸ ਦੀ ਕਹਾਣੀ ਲਿਖੀ ਹੈ ਰਾਜੂ ਵਰਮਾ ਨੇ ਵੈਲ ਫਿਲਮ ਦੀ ਸ਼ੂਟ ਸਟਾਰਟ ਹੋ ਚੁੱਕੀ ਹੈ ਔਰ ਤੁਹਾਨੂੰ ਦੱਸ ਦਈਏ ਕਿ ਮੇਕਰਸ ਵੱਲੋਂ ਹਜੇ ਰਿਲੀਜ਼ ਡੇਟ ਡਿਸਕਲੋਜ਼ ਨਹੀਂ ਕੀਤੀ ਗਈ ਹੈ ਹੋ ਸਕਦਾ ਹੈ ਕਿ ਮੇਕਰਸ ਹਜੇ ਇਸ ਚੀਜ਼ ਦਾ ਇੰਤਜ਼ਾਰ ਕਰਨ ਕਿ ਫਾਈਨਲ ਬਹੁਤ ਸਾਰੀਆਂ ਫਿਲਮਾਂ ਦੀ ਰਿਲੀਜ਼ ਡੇਟ ਦਾ ਐਲਾਨ ਹੋ ਰਿਹਾ ਹੈ ਉਹ ਵੀ ਕੋਈ ਚੰਗੀ ਰਿਲੀਜ਼ ਡੇਟ ਫਾਈਂਡ ਕਰਕੇ ਇਹਦਾ ਐਲਾਨ ਕਰ ਦਾਂਗੇ ਲੇਕਿਨ ਹਜੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ਔਰ ਬਾਕੀ ਫਿਲਮ ਦੀ ਸ਼ੂਟਿੰਗ ਲੰਡਨ ਦੇ ਵਿੱਚ ਹੋਣੀ ਹੈ ਯਾਨੀ ਕਿ ਲੰਦੇ ਪੰਜਾਬ ਦੇ ਜਿਹੜੇ ਆਰਟਿਸਟ ਨੇ ਉਹਨਾਂ ਦੇ ਜਿੰਨੀ ਸ਼ੂਟਿੰਗ ਹੋਵੇਗੀ ਫਿਲਮ ਦੀ ਉਹ ਸਾਰੇ ਉਵਿਕਾ ਤੁਸੀਂ ਕਿੰਨੇ ਐਕਸਾਈਟਡ ਹੋ ਇਸ ਫਿਲਮ ਨੂੰ ਦੇਖਣ ਦੇ ਲਈ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਪੰਜਾਬੀ ਇੰਡਸਟਰੀ ਦੀ ਸਾਰੀ ਅਪਡੇਟਸ ਜਾਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜਲਦੀ ਮੁਰਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਹਾਡਾ ਤੇ ਸਾਡਾ ਰੱਬ ਰਾਖਾ